ਹਾਂ ਹਾਂ ਕੋਈ ਨਾ ਕੱਲੂ ਆਉਣਾ ਹੀ ਆ ਕੰਮ ਤੇ ਹਾਂ ਉੱਥੇ ਬੈ ਕੇ ਸਾਰੀ ਗੱਲਬਾਤ ਕਰ ਲਾਂਗੇ ਠੀਕ ਆ ਚਲ ਓਕੇ ਓਕੇ ਬਾਈ ਓਕੇ 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 ਕੌਣ ਸੀ ਕੋਈ ਨਹੀਂ ਤਾਂ ਕੰਮ ਤੇ ਸੀ ਕੋਈ ਕੰਮ ਤੇ ਕੌਣ ਸੀ ਕੰਮ ਤੇ ਕੁੜੀ ਸੀ ਕੋਈ ਕੰਮੜੀ ਕਰਦੇ ਨਾਲ ਕੁੜੀ ਕਿਉਂ ਕੁੜੀ ਨੂੰ ਕੀ ਹੋ ਗਿਆ ਇਹ ਜੀ ਕਿਹੜੀ ਗੱਲ ਕਰਨੀ ਸੀ ਤੁਸੀਂ ਉਹਦੇ ਨਾਲ ਉਹ ਨਾਲ ਕੰਮ ਦੀ ਗੱਲ ਕੀਤੀ ਆ ਉਹਨੇ ਕੋਈ ਗੱਲਬਾਤ ਕਰਨੀ ਸੀ ਵੀ ਕੰਮ ਤੇ ਕੋਈ ਪ੍ਰੋਬਲਮ ਜੀ ਆ ਗਈ ਜੀ ਮੈਂ ਮੰਨਦੀ ਆ ਕੰਮ ਤੇ ਕੁੜੀਆਂ ਹੁੰਦੀਆਂ ਨਹੀਂ ਪਰ ਕੁੜੀਆਂ ਦਾ ਫੋਨ ਘਰੇ ਆ ਰਿਹਾ ਇਹ ਨਹੀਂ ਮੈਨੂੰ ਸਮਝ ਆ ਰਹੀ ਯਾਰ ਮੈਨੂੰ ਤੂੰ ਕਿੱਧਰਲੇ ਪਾਸੇ ਚੈਨਲ ਫੜ ਲੈਣੀ ਆ ਯਾਰ ਕਿਸੇ ਨੇ ਵੀ ਪ੍ਰੋਬਲਮ ਕਿਸੇ ਟਾਈਮ ਵੀ ਆ ਸਕਦੀ ਆ ਘਰ ਆਉਣ ਦਾ ਮਤਲਬ ਕੀ ਆ ਕਿ ਬੰਦਾ ਘਰੇ ਫੋਨ ਜਿਵੇਂ ਬੰਦ ਕਰ ਦੇਵੇ ਪਰ ਆਪਨਾ ਫਿਰ ਤੁਸੀਂ ਇੱਕ ਮਦਦਗਾਰ ਬੰਦੇ ਰਹਿ ਕੇ ਦੁਨੀਆ ਤੇ ਯਾਰ ਜੇ ਨਾ ਬੰਦਾ ਕੰਫਰਟੇਬਲ ਹੁੰਦਾ ਉਹਨੇ ਵਗ ਗੱਲ ਕਰੂਗਾ ਨਾ ਉਹਨੇ ਫੋਨ ਕਰੂਗਾ ਤੁਹਾਡੇ ਨਾਲ ਕੋਈ ਜ਼ਿਆਦਾ ਹੀ ਕੰਫਰਟੇਬਲ ਨਹੀਂ ਹੋ ਜਾਂਦਾ ਯਾਰ ਤੇਰਾ ਮੈਂ ਨਾ ਪਤਾ ਹੀ ਗੱਲ ਤੂੰ ਨਾ ਹਮੇਸ਼ਾ ਜੋ ਵੀ ਕਰੇ ਕੰਮ ਆ ਤੇਰਾ ਆਹੀ ਕੋਤ ਕਲੇਸ਼ ਰਹਿੰਦਾ ਵਾ ਕਦੇ ਤੂੰ ਪਿਆਰ ਦੀ ਕੋਈ ਚੱਜ ਦੀ ਗੱਲ ਕੀਤੀ ਹੈ ਕਰ ਉਹ ਨਾ ਸੁਣੋ ਜੇ ਬਗਾਨੀਆਂ ਨੂੰ ਕਰੇ ਨਾ ਰਹਿੰਦਾ ਰੋਜ ਦੇ ਕੰਮ ਮੈਂ ਕਰਦਾ ਨਾ ਲੋਕ ਸੰਗੇ ਲਾਦਾ ਘਰ ਚ ਕਲੇਸ਼ ਵਾਜੇ ਤੱਕ ਕੇ ਤਾਂ ਕੀ ਕਰਨਾ ਉਹ ਲੜਦੇ ਹਾਂ ਲੜਦੇ ਹਟਾਉਣਾ ਨਹੀਂ ਤਾਂ ਦੱਸ ਕੀ ਲੈਣਾ ਬਧੀਆ ਦੀ ਇੱਕ ਪੱਤ ਹੋਣ ਦੇ ਸਿਰ ਚੜੀ ਪਈ ਆ ਪਰ ਇਹ ਸਿੱਧੀ ਕਰ ਦੂਗਾ ਮੈਂ ਹਟਾ ਕੇ ਆਉਣਾ ਬੜੀ ਸਿਆਣੀ ਬਣਦੀ ਐ ਇਕਨੇ ਘਰ ਟੁੱਟਦੇ ਨੇ ਤੇਰੇ ਵਰਗੀ ਬੇਅਕਲ ਜਨਾਨੀ ਦੇ ਲੱਗੀਆਂ ਕਹਿਣ ਕਹਿੰਦੀ ਕਿਉਂ ਲੈਣਾ ਹਟਾਤ ਨਾ ਉਹਨੂੰ ਜਾਫੇ ਵਿੱਚ ਲੜਨਗੇ ਚੰਗੇ ਲੱਗਦੇ ਆ ਜੇਤੀ ਪੁੱਤ ਲੜਦੇ ਏ ਤੂੰ ਖੁਸ਼ ਨਹੀਂ ਐ ਬੜੀ ਸਿਆਣੀ ਬਣਦੀ ਐ ਕਲੇਸ਼ ਬਹੁਤ ਭੈੜਾ ਹੁੰਦਾ ਘਰ 'ਚ ਬੈਠਿਆ ਧੀ ਮਿਆ ਸਿਆਣੀਆਂ ਬਣਦੀਆਂ ਐ ਪੁੱਤ ਕਾਦੀ ਗੱਲ ਹੋ ਗਈ ਇਮੇ ਕਹ ਰਿਹਾ ਕਲੇਸ਼ ਪਾਇਆ ਜੇ ਕੋਈ ਗੱਲ ਹੁੰਦੀ ਆ ਮੜੀ-ਮੋਟੀ ਆਪਦੀ ਬਹਿਕੈਨ ਮਿਲ ਲਈਦੀ ਹੁੰਦੀ ਆ ਕਲੇਸ਼ ਘਰਤ ਵਧੀਆ ਨਹੀਂ ਹੁੰਦਾ ਇਹਦੇ ਨਾਲ ਬਹੁਤ ਘਰ ਦੀ ਪਰਵਾਦੀ ਹੋ ਜਾਂਦੀ ਆ ਸਿਆਣੇ ਬਣੀ ਜਾਓ ਮੁੰਡਿਆ ਐਨਾ ਕਿਉਂ ਬੋਲਦਾ ਐ ਨਹੀਂ ਬੋਲੀਦਾ ਹੁੰਦਾ ਲੜਾਈ ਦਾ ਮੂੰਹ ਕਾਲਾ ਹੁੰਦਾ ਅੱਛਾ ਤੂੰ ਆਕਲ ਨਾਲ ਬੋਲ ਥੋੜਾ ਜਿਹਾ ਸਿਆਣਾ ਬਣਦਾ ਜੇ ਕੋਈ ਤੁਹਾਡੇ ਚ ਗੱਲ ਆ ਉਹਦਾ ਹੱਲ ਬੈਠ ਕੇ ਕਰ ਲਓ ਲੜਾਈ ਕਰਕੇ ਜ਼ਰੂਰੀ ਕਰਨਾ ਨੇ ਲੋਕਾਂ ਦਾ ਮਾਸਾ ਦਿਖਾਉਣੇ ਹੋ ਨਾ ਆਪਣੇ ਘਰ ਘਰਕ ਪਾਉਣੇ ਹੋ ਸਮਝ ਜਾ ਕੋਈ ਸ ਪਹਿਲੀ ਗੱਲ ਤਾਂ ਮੈਨੂੰ ਇਹ ਖੁਸ਼ੀ ਆ ਜਿਹੜੀ ਤੈਨੂੰ ਅਕ ਲੱਗੀ ਜੇ ਤੂੰ ਸਿਆਣੀ ਹੋ ਜਾਵੇਂਗੀ ਆਪੇ ਜੋ ਆਕਾਂ ਸਿਆਣੇ ਹੋ ਜਾਣ ਜੇ ਤੂੰ ਹੀ ਉਹ ਰੋਲਾ ਗੋਲੇ ਚ ਖੁਸ਼ ਰਹੇਂਗੀ ਫਿਰ ਆਪੇ ਘਰ ਖਰਾਬ ਹੋ ਜਾਵੇਂਗੀ ਇਹ ਹੀ ਗੱਲ ਵਧੀਆ ਗੱਲ ਨਾਲ ਜਿਹੜੀ ਤੋ ਇੱਕਨ ਤੈਨੂੰ ਅਕ ਲੱਗੀ ਬਿਹਾਰ ਠੀਕ ਆ ਬੱਚੇ ਜਿਹੜੇ ਘਰ ਦੇ ਸਿਆਣੇ ਨੇ ਉਹਨਾਂ ਨੂੰ ਪਹਿਲ ਕਰਨੀ ਚਾਹੀਦੀ ਆ ਵੀ ਘਰ ਦਾ ਕਲੇਸ਼ ਰੋਕੋ ਜੇ ਉਹ ਹੀ ਕਲੇਸ਼ ਨੂੰ ਦੇਖ ਕੇ ਖੁਸ਼ ਹੋਣਗੇ ਤਾਂ ਘਰ ਦੀ ਬਰਬਾਦੀ ਹੋਣ ਵਾਲੀ ਹੁੰਦੀ ਆ ਬਹੁਤੇ ਘਰ ਇਸ ਤਰ੍ਹਾਂ ਹੀ ਟੁੱਟਦੇ ਨੇ ਵੀ ਸੱਸਾਂ ਕਹਿੰਦੀਆਂ ਨੇ ਵੀ ਲੋ ਪੁੱਤ ਲੜਦੇ ਰਹਿਣ ਵੀ ਮੇਰੀ ਟੌਰ ਰਹੇ ਕੋਈ ਇਸੇ ਕਰਕੇ ਨਾ ਘਰ ਬਸ ਦੀ ਰਸਦੇ ਨਰਕ ਬਣ ਜਾਂਦੇ ਨੇ ਤੇ ਦਫਾੜ ਹੋ ਜਾਂਦੇ ਨੇ ਉਹ ਕਦੇ ਵੀ ਸੁਖੀ ਨਹੀਂ ਰਹਿੰਦੇ ਜਿੱਥੇ ਥਵਾਕ ਨਹੀਂ ਹੈਗਾ ਜਿਹੜੇ ਘਰ 'ਚ ਥਵਾਕ ਰਹੂਗਾ ਉਹ ਹਮੇਸ਼ਾ ਕਾਰਵਾਦ ਰਹੂਗਾ ਤੇ ਖੁਸ਼ ਰਹੂਗਾ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਦੱਬ ਕੇ ਕਰ ਦਿਓ